ਹਲ ਵੋਂਦਾ ਪਿਆ ਸੀ ਭੱਜ ਕੇ ਮਗਰ ਗਿਆ ਕਹਿੰਦਾ ਮੈਨੂੰ ਇਜਾਜ਼ਤ ਦੇ ਮੈਂ ਆਪਣੇ ਮਾਪੇ ਨੂੰ ਚੋਮਾਵਾਂ ਫਿਰ ਮੈਂ ਤੇਰੇ ਮਗਰ ਲੱਗਿਆ ਰਹਿਮਗਾ ਏਲੀ ਜਾ ਸਵਾਲ ਕਰਦਾ ਮੈਂ ਤੇਰੇ ਨਾਲ ਕੀ ਕੀਤਾ ਤੇ ਅਲੀ ਸ਼ਾ ਦਾ ਸਾਇਲੈਂਟ ਜਵਾਬ ਆ ਕਹਿੰਦਾ ਕੀਤਾ ਤੂੰ ਕੁਛ ਨਹੀਂ ਪਰ ਮੈਨੂੰ ਇੱਕ ਗੱਲ ਪਤਾ ਲੱਗੀ ਜਿਹਦੀ ਚਾਦਰ ਦੇ ਵਿੱਚ ਐਡਾ ਵਿਸ਼ੇਕ ਆ ਉਹਦੇ ਵਿੱਚ ਕਿੱਡਾ ਹੋਵੇਗਾ ਜਿਹਦੀ ਚਾਦਰ 'ਚ ਐਡਾ ਮਸ ਆਇਆ ਉਹ ਆਪ ਕੀ ਹੋਵੇਗਾ ਇਸ ਕਰਕੇ ਕਹਿੰਦਾ ਵੀ ਮੈਨੂੰ ਇੱਕ ਵਾਰੀ ਇਜਾਜ਼ਤ ਦੇ ਸਭ ਕੁਝ ਉਹਨੇ ਉਸੇ ਟਾਈਮ ਕੁਰਬਾਨ ਕੀਤਾ ਤੇ ਘਰ-ਬਾਰ ਭੁੱਲ ਕੇ ਰਈਸ ਜਿਆਦਾ ਸੀ ਅਮੀਰ ਆਦਮੀ ਕਿਸਾਨਾਂ ਦੇ ਵਿੱਚ ਨਾਮੀ ਸਭ ਕੁਝ ਛੱਡ ਕੇ ਉਸਤਾਦ ਦੇ ਮਗਰ ਚਲਾ ਗਿਆ ਤੇ ਜਿੰਨੇ ਦੇ ਤੱਕ ਉਸਤਾਦ ਉਹਦੇ ਤੋਂ ਅਲੱਗ ਨਹੀਂ ਹੋਇਆ ਉਸਤਾਦ ਦੇ ਨਾਲ ਚਿਪਕਿਆ ਰਿਹਾ ਇਸ ਉਸਤਾਦ ਦੇ ਬਾਰੇ ਜਦੋਂ ਪਤਾ ਲੱਗਾ ਲੈ ਲਿਆ ਜਾਣਾ ਛੋਟ ਕਰਨ ਲੱਗਾ ਇਸ ਉਸਤਾਦ ਦੇ ਬਾਰੇ ਜਦੋਂ ਪਤਾ ਲੱਗਿਆ ਕਿ ਲੈ ਲਿਆ ਜਾਣਾ ਤੇ ਇਹਨੇ ਫੈਸਲਾ ਲਿਆ ਜਿੰਨੀ ਦੇਰ ਤੱਕ ਮੇਰਾ ਉਸਤਾਦ ਮੇ ਤੋਂ ਲੈ ਨਹੀਂ ਲਿਆ ਜਾਂਦਾ ਮੈਂ ਇਹਤੇ ਤੋਂ ਆਪਣੀ ਨਜ਼ਰ ਹਟਾਉਣੀ ਨਹੀਂ ਹਾਲੇਲੂਇਆ ਇਹਨੂੰ ਇਹਦੇ ਉੱਤੇ ਨਜ਼ਰ ਰੱਖਣ ਦੀ ਕੀ ਜ਼ਰੂਰਤ ਸੀ ਕਿਉਂਕਿ ਅਲੀਸ਼ਾ ਦਾ ਜਿਹੜਾ ਅਭਿਸ਼ੇਕ ਕੀਤਾ ਗਿਆ ਅਲੀਸ਼ਾ ਨੂੰ ਜਿਹੜਾ ਠਹਿਰਾਇਆ ਗਿਆ ਉਹ ਤੇ ਖੁਦਾ ਨੇ ਕਿਹਾ ਨਾ ਇਲੀਜਾਨੂ ਤੇ ਹੁਣ ਏਲੀ ਜਾ ਦੀ ਫੇ ਕੀ ਜ਼ਰੂਰਤ ਆ ਅਸੀਂ ਕਦੇ ਕਹਿੰਦੇ ਨਾ ਜੀ ਸਾਨੂੰ ਕਿਸੇ ਖਿਦਮਤਗਾਰ ਕੋ ਹੁਣ ਸਿੱਖਣ ਦੀ ਜ਼ਰੂਰਤ ਨਹੀਂ ਕਿਉਂਕਿ ਵਚਨ ਚ ਲਿਖਿਆ ਲੋੜ ਨਹੀਂ ਕਿ ਕੋਈ ਤੁਹਾਨੂੰ ਸਿਖਾਵੇ ਕਿਉਂਕਿ ਪਾਖਰੂ ਤੁਹਾਨੂੰ ਸਿਖਾਵੇਗਾ ਲੋੜ ਨਹੀਂ ਤੇ ਜੇ ਪਾਖਰੂ ਸਿਖਾਵੇਗਾ ਤਾਂ ਫੇ ਕਹਿੰਦੇ ਸਾਨੂੰ ਸਿੱਖਣ ਦੀ ਜ਼ਰੂਰਤ ਨਹੀਂ ਉਸੇ ਪਾਖਰੂ ਨੇ ਪੰਜ ਕਿਸਮ ਦੇ ਖਾਦਮ ਕਲਿਸਿਆਂ ਨੂੰ ਦਿੱਤੇ ਆ ਤਾਂ ਕਿ ਕਲਿਸਿਆ ਯਿਸੂ ਮਸੀਹ ਦਾ بدن ਬਣ ਸਕੇ ਹਾਲੇਲੂਇਆ ਸਮਝਣਾ ਖਿਦਮਤਗਾਰ ਦੀ ਅਹਿਮੀਅਤ ਨੂੰ ਇਹ ਸਫਰ ਸ਼ੁਰੂ ਕਰ ਰਹੇ ਆ ਤੇ ਇਲੀ ਜਾ ਅਲੀਸ਼ਾ ਨੂੰ ਕਹਿੰਦਾ ਇੱਥੇ ਰੁਕ ਖੁਦਾਵੰਦ ਖੁਦਾ ਨੇ ਮੈਨੂੰ ਬੈਤੇਲ ਤੀਕ ਬੁਲਾਇਆ ਕਿਥੋਂ ਤੱਕ ਤੇ ਕਹਿੰਦਾ ਯਹੋਵਾ ਦੀ ਸੌ ਆ ਮੈਂ ਤੇਰੇ ਨਾਲ ਚੱਲਾਂਗਾ ਛੱਡਦਾ ਨਹੀਂ ਬੈਤੇਲ ਤੱਕ ਗਏ ਉਥੋਂ ਉਹਨੇ ਕਿਹਾ ਹੁਣ ਤੂੰ ਇੱਥੇ ਰੁਕ ਮੈਨੂੰ ਖੁਦਾਵੰਦ ਖੁਦਾ ਨੇ ਯਿਰਿਹੋ ਤੱਕ ਬੁਲਾਇਆ ਕਹਿੰਦਾ ਜਿਉਂਦੇ ਯਹੋਵਾ ਦੀ ਸੌ ਮੈਂ ਉਥੇ ਵੀ ਤੇਰੇ ਨਾਲ ਚੱਲਾਂਗਾ ਉਥੇ ਵੀ ਗਏ ਕਹਿੰਦਾ ਹੁਣ ਇੱਥੇ ਰੁਕ ਮੈਨੂੰ ਖੁਦਾਵੋਂ ਖੁਦਾ ਨੇ ਯਰਦਨ ਤੇ ਇੱਕ ਬੁਲਾਇਆ ਕਹਿੰਦਾ ਯਹੋਵਾ ਦੀ ਸੌ ਮੈਂ ਤੈਨੂੰ ਨਾ ਛੱਡਾਂਗਾ ਇਹਦੇ ਨਾਲ ਨਾਲ ਜਿੱਥੇ-ਇਥੇ ਜਾਂਦਾ ਉਥੇ-ਉਥੇ ਬਹੁਤ ਸਾਰੇ ਹੋਰ ਵੀ ਸ਼ਾਗਿਰਦ ਆ ਜਿਹੜੇ ਨਾਮੀ ਆ ਉਦਹੀਂ ਉਹ ਕਹਿੰਦੇ ਤੈਨੂੰ ਪਤਾ ਤੇਰਾ ਉਸਤਾਦ ਲੈ ਆਇਆ ਕਹਿੰਦਾ ਚੁੱਪ ਰੋ ਮੈਨੂੰ ਸਭ ਕੁਝ ਪਤਾ ਆਇਆ ਬੈ ਤੇਰਤੀ ਇੱਕ ਦਾ ਸਫਰ ਯਾਨੀ ਕਿ ਮੁਬਾਰਕ ਜਗਾ ਖੁਦਾਵੰਦ ਖੁਦਾ ਦਾ ਕਰ ਇੱਥੇ ਤੱਕ ਦਾ ਸਫਰ ਅੱਜ ਦਾ ਹਰੇਕ ਚੇਲਾ ਕਰਨ ਦੇ ਵਾਸਤੇ ਤੇ ਆ ਰਿਹਾ ਜੀ ਪਾਸੋ ਜੀ ਕਿਉਂ ਭਲਾ ਇੱਥੇ ਬਰਕਤ ਆ ਨਾ ਇੱਥੇ ਖੁਸ਼ੀਆਂ ਆ ਇੱਥੇ ਚੰਗੀ ਗੱਲ ਆ ਹੁਣ ਮੰਨ ਕੇ ਚੱਲੋ ਅਸੀਂ ਇੰਡੀਆ ਪਾਕਿਸਤਾਨ ਚ ਤੇ ਅਸੀਂ ਉੱਥੇ ਹੋਈਏ ਤੇ ਸਾਨੂੰ ਇੱਥੋਂ ਇਨਵੀਟੇਸ਼ਨ ਆਵੇ ਤੇ ਅਸੀਂ ਕਹੀਏ ਵੀ ਇਨਵੀਟੇਸ਼ਨ ਆਇਆ ਆ ਤੇ ਸਾਰਿਆਂ ਨੇ ਕਹਿਣਾ ਸਾਨੂੰ ਵੀ ਲੈ ਚੱਲੋ ਕਿਉਂ ਭਲਾ ਕਿੱਥੇ ਜਾ ਰਹੇ ਆ ਐਚਾ ਕਹਿੰਦੇ ਅਸੀਂ ਉਸ ਜਗ੍ਹਾ ਤੇ ਆ ਗਏ ਜਿੱਥੇ ਦੁੱਧ ਤੇ ਸ਼ਾਇਦੀਆਂ ਨਦੀਆਂ ਵਹਿੰਦੀਆਂ ਹਾਂਜੀ ਤੇ ਉਹ ਕਹਿੰਦੇ ਸਾਨੂੰ ਵੀ ਲੈ ਚਲੋ ਤੇ ਜੇ ਉੱਥੇ ਗਏ ਇਹ ਵੀ ਜੁਗਾਂਡਾ ਬੁਲਾਇਆ ਇਹ ਪਾਸਪੋਰਟ ਤੁਸੀਂ ਸਫ਼ਰ ਕਰਕੇ ਆਓ ਫਿਰ ਆ ਕੇ ਦੱਸਿਓ ਕੀ ਬਣਿਆ ਸੀ ਅਗਲੀ ਵਾਰੀ ਫਿਰ ਅਸੀਂ ਚੱਲਾਂਗੇ ਹਾਂਜੀ ਕਿਉਂ ਭਲਾ ਚੰਗੀ ਚੰਗੀ ਜਗ੍ਹਾ ਤੇ ਨਾ ਚੇਲਾ ਚੰਗੀ ਚੰਗੀ ਜਗ੍ਹਾ ਤੇ ਜਾਣ ਦੇ ਲਈ ਤੇ ਯਾਰ ਆ ਅੱਜ ਦਾ ਚੇਲਾ ਕਿਉਂ ਉੱਥੇ ਸਭ ਕੁਝ ਚੰਗਾ ਚੰਗਾ ਹੋਣ ਵਾਲਾ ਅਮਰੀਕਾ ਉਹਨੇ ਸਾਰੇ ਤਿਆਰ ਆ ਯਕੀਨੀਆਂ ਜਾਣਾ ਹੋਵੇ ਤੇ ਫਿਰ ਕੋਈ ਤਿਆਰ ਫਿਰ ਤਿਆਰ ਕਹਿੰਦਾ ਉੱਥੇ ਭੁੱਖ ਨਾਲ ਥੋੜੀ ਲੜਨਾ ਸੀ ਉੱਥੇ ਕਰਨ ਕੀ ਜਾਈਏ ਜੇ ਕੋਈ ਚੰਗੀ ਜਗ੍ਹਾ ਤੇ ਫਿਰ ਚੱਲਾਂਗੇ ਚੰਗੀ ਜਗ੍ਹਾ ਤੱਕ ਦਾ ਸਫ਼ਰ ਚੇਲੇ ਨੇ ਕੀਤਾ ਤੇ ਉਸਤਾਦ ਕੀ ਚਾਹੁੰਦਾ ਹੁਣ ਇਹ ਚੰਗੀ ਜਗ੍ਹਾ ਦੇ ਉੱਤੇ ਕੀ ਹੋਵੇ ਭਲਾ ਟਿਕਿਆ ਰਵੇ ਅਜ ਉਸਤਾਦ ਆ ਇਹ ਵੀ ਫਰਜ਼ ਆ ਜੇ ਸ਼ਾਗਿਰਦ ਚੰਗਾ ਆ ਤੇ ਉਹਨੂੰ ਚੰਗੀ ਜਗ੍ਹਾ ਤੇ ਠਹਿਰਾਵੇ ਵੀ ਪੱਖਪਾਤ ਨਾ ਕਰੇ ਪਰ ਅੱਜ ਇਹ ਹੁੰਦਾ ਆ ਇਥੋਂ ਸੇਵਕਾਈ ਦੀਆਂ ਫਿਰ ਨਿਸ਼ਾਨੀਆਂ ਖਿਦਮਤ ਦੇ ਨਿਸ਼ਾਨੀਆਂ ਵੀ ਪ੍ਰਗਟ ਹੋਣ ਲੱਗ ਪੈਂਦੀਆਂ ਜਿਹੜਾ ਕਾਬਲ ਆ ਉਹੋ ਹੀ ਇਸ ਪੁਲਪੜ ਤੇ ਆਉਣਾ ਚਾਹੀਦਾ ਆ ਉਹ ਬੇਸ਼ੱਕ ਮੇਰਾ ਬੱਚਾ ਹੋਵੇ ਤੇ ਬੇਸ਼ੱਕ ਕਲੀਸਿਆ ਦੇ ਵਿੱਚੋਂ ਕੋਈ ਹੋਵੇ ਕਿਉਂਕਿ ਕਲੀਸਿਆ ਵੀ ਮੇਰਾ ਪਰਿਵਾਰ ਆ ਹallelujah ਕਲੀਸਿਆ ਵੀ ਕੀ ਆ ਮੇਰਾ ਪਰਿਵਾਰ ਆ ਜਿਹਨੂੰ ਖੁਦਾ ਕਵੇ ਉਹਨੂੰ ਫਿਰ ਮੈਂ ਠਹਿਰਾਵਾ ਪੱਖਪਾਤ ਨਾ ਕਰਾਂ ਕਿਉਂਕਿ ਉਹ ਵੀ ਪੱਖਪਾਤ ਕਰਦਾ ਨਹੀਂ ਸੀ ਤੇ ਮੈਂ ਉਹਦੇ ਨਕਸ਼ੇ ਕਦਰ ਤੇ ਚੱਲ ਕੇ ਉਹਦੇ ਰੂਬਰੂ ਹੋ ਕੇ ਉਹਦੇ ਵਰਗਾ ਬਣ ਕੇ ਜਾਣਾ ਆ ਇਸ ਲਈ ਮੈਨੂੰ ਇਹ ਚਾਹੀਦਾ ਆ ਕਹਿੰਦਾ ਇੱਥੇ ਰੁਕ ਮੈਨੂੰ ਖੁਦਾਵੋਂ ਖੁਦਾ ਨੇ ਯਰੀਹੋ ਤੱਕ ਬੁਲਾਇਆ ਕਹਿੰਦਾ ਪ੍ਰਭੂ ਦੀ ਕਿਰਪਾ ਦੇ ਨਾਲ ਜੇ ਮੈਂ ਇੱਥੋਂ ਤੱਕ ਤੇਰੇ ਨਾਲ ਆਇਆ ਜੇ ਚੰਗਾ ਚੰਗਾ ਸਫਰ ਮੈਂ ਤੇਰੇ ਨਾਲ ਕੀਤਾ ਤੇ ਹੁਣ ਜੇ ਤੂੰ ਯਰੀਹੋ ਨੂੰ ਜਾ ਰਿਆਂ ਆ ਕੀ ਲਿਖਿਆ ਸੀ ਯਰੀਹੋ ਬਾਰੇ ਸਰਾਪਿਤ ਜਗਾ ਲਾਨਤੀ ਜਗਾ ਇਨੂੰ ਜਿਹੜਾ ਬਣਾਵੇਗਾ ਆਪਣੇ ਵੱਡੇ ਦੇ ਉੱਤੇ ਤੇ ਨੀਂ ਤੇ ਛੋਟੇ ਉੱਤੇ ਇਹਦਾ ਦਰਵਾਜ਼ਾ ਰੱਖੇਗਾ ਪਰਮੇਸ਼ਰ ਵੱਲੋਂ ਲਾਂਹਤੀ ਜਗ੍ਹਾ ਕਹਿੰਦਾ ਮੈਨੂੰ ਉੱਥੋਂ ਤੱਕ ਬੁਲਾਇਆ ਕਹਿੰਦਾ ਉਸਤਾਦ ਜੀ ਜੇ ਚੰਗਾ ਸਫ਼ਰ ਤੇਰੇ ਨਾਲ ਕੀਤਾ ਨਾ ਤੇ ਫਿਰ ਲਾਂਹਤੀ ਸਫ਼ਰ ਤੱਕ ਵੀ ਮੈਂ ਤੇਰੇ ਨਾਲ ਹੀ ਚੱਲਾਂਗਾ ਹallelujah ਸ਼ਾਗਿਰਦ ਕੌਣ ਆ ਬੋਲੋ ਸਾਨੂੰ ਕੌਣ ਆ ਸ਼ਾਗਿਰਦ ਚੰਗੀਆਂ ਚੰਗੀਆਂ ਦਾਤਾਂ ਦੇ ਵਿੱਚ ਹੀ ਨਾ ਜਿੱਥੇ ਚਿੱਲੀ ਚਿਕਨ ਮਿਲਣ ਵਾਲਾ ਬਟਰ ਚਿਕਨ ਮਿਲ ਪਾਸ਼ੀ ਸਾਨੂੰ ਵੀ ਲੈ ਚੱਲੋ ਹਾਂਜੀ ਜੇ ਤੇ ਬਰੀਆਨੀ ਮਿਲੋ ਉੱਥੇ ਕਿੱਥੀ ਭਲਾ ਪਾਸ਼ੀ ਅਸੀਂ ਵੀ ਚੱਲਾਂਗੇ ਤੇ ਕਈਆਂ ਦਾ ਘਰਾਂ ਦਾ ਪਤਾ ਹੁੰਦਾ ਉੱਥੇ ਵਾਵਾ ਸੇਵਾ ਹੁੰਦੀ ਹੈ ਕਹਿੰਦੇ ਪਾਸ਼ੀ ਜਦੋਂ ਉੱਥੇ ਜਾਣਾ ਹੈ ਉਹਦੋਂ ਸਾਨੂੰ ਜਰੂਰ ਦੱਸਿਓ ਤੇ ਜਿੱਥੇ ਵਿਚਾਰੇ achar ਲੈ ਕੇ ਬੈਠੇ ਪਰੌਠੇ ਨਾਲ ਉੱਥੇ ਕਹਿੰਦੇ ਤੁਸੀਂ ਖਾਈਓ ਸਾਡਾ ਗਲਾ ਖਰਾਬ ਹੈ ਨਾ ਇਹ ਕੀ ਕਹਿੰਦਾ ਜੇ ਮੁਬਾਰਕ ਜਗ੍ਹਾ ਦਾ ਸਫ਼ਰ ਤੇਰੇ ਨਾਲ ਕੀਤਾ ਤੇ ਫਿਰ ਲਾਂਤੀ ਜਗ੍ਹਾ ਦਾ ਤਜਰਬਾ ਵੀ ਮੈਨੂੰ ਮਿਲਣਾ ਚਾਹੀਦਾ ਆ ਤੇ ਲਾਂਤੀ ਜਗ੍ਹਾ ਤੱਕ ਵੀ ਉਹ ਕਿਥੇ ਉਹਦੇ ਨਾਲ ਹੀ ਰਿਹਾ ਕਿਉਂ ਕਰ ਰਿਹਾ ਐਦਾਂ ਭਲਾ ਉਸਤਾਦ ਦੀ ਹਰ ਇੱਕ ਚੀਜ਼ ਨੂੰ ਆਪਣੇ ਅੰਦਰ ਸਮਾ ਲੈਣਾ ਚਾਹੁੰਦਾ ਆ ਕਿਉਂਕਿ ਉਹਦੇ ਮਨ ਦੇ ਵਿੱਚ ਇੱਕੋ ਚੀਜ਼ ਬੈਠੀ ਹੈ ਜਿੱਦਣ ਇਹ ਜਾਵੇ ਲੋਕਾਂ ਨੂੰ ਏਲੀਜਾ ਦੀ ਕਮੀ ਮਹਿਸੂਸ ਨਾ ਹੋਵੇ ਬਲਕਿ ਜਿੱਦਣ ਇਹ ਜਾਵੇ ਲੋਕਾਂ ਨੂੰ ਦੋ ਏਲੀਜਾ ਨਜ਼ਰ ਆਉਣੇ ਚਾਹੀਦੇ ਕਿੰਨੇ ਦੋ ਨਜ਼ਰ ਆਉਣੇ ਚਾਹੀਦੇ ਆ ਤੇ ਅਸੀਂ ਦੇ ਕਹਿੰਦੇ ਇਹ ਜਾਵੇ ਤੇ ਮੈਂ ਹੀ ਨਜ਼ਰ ਆਵਾਂ ਇੱਕ ਕਦੋਂ ਜਾਊਗਾ ਪ੍ਰਭੂ ਜੀ ਬੱਸ ਕਰੇ ਬਥੇਰੀ ਸੇਵਾ ਲੈ ਲਈ ਕੋ ਹੁਣ ਤੇ ਇਹਨੂੰ ਵਿਦਾ ਕਰ ਤਾਂ ਕਿ ਅਸੀਂ ਵੀ ਕਿਸੇ ਨੂੰ ਦੱਸ ਸਕੀਏ ਕਿ ਸਾਨੂੰ ਵੀ ਕੁਝ ਆਉਂਦਾ ਹੈ ਕਹਿੰਦਾ ਹੁਣ ਇੱਥੇ ਰੁਕ ਫਿਰ ਇੱਥੇ ਰੁਕ ਕਿਉਂਕਿ ਖੁਦਾ ਤੈਨੂੰ ਇੱਥੇ ਕੰਮ ਲੋਗੇ ਕਹਿੰਦਾ ਨਹੀਂ ਉਸਤਾਦ ਜੀ ਜਰਦਨ ਤੱਕ ਵੀ ਮੈਂ ਤੁਹਾਡੇ ਨਾਲ ਹੀ ਚੱਲਾਂਗਾ ਤੇ ਜਰਦਨ ਦੇ ਇਤਿਹਾਸ ਨੂੰ ਕਦੇ ਖੁਦਾ ਨੇ ਚਾਇਆ ਤੇ ਸਿੱਖਾਂਗੇ ਕਿੰਡਾ ਜ਼ਬਰਦਸਤ ਉਹਦਾ ਭੇਤ ਆ ਬਾਰ-ਬਾਰ ਜਰਦਨ ਦਾ ਜ਼ਿਕਰ ਹੋਣਾ ਔਰ ਜਿੰਨੀ ਵਾਰ ਵੀ ਆਉਂਦਾ ਉਹਦੇ ਵਿੱਚ ਇੱਕ ਨਵਾਂ ਪ੍ਰਕਾਸ਼ਨ ਇੱਕ ਨਵਾਂ ਮੁਕਾਸ਼ਫਾ ਸਾਨੂੰ ਮਿਲਦਾ ਆ ਯਰਦਨ ਦੇ ਉੱਤੇ ਗਏ ਤੇ ਉਸਤਾਦ ਨੇ ਆਪਣੀ ਉਹ ਹੀ ਚਾਦਰ ਜਿਹੜੀ ਏਲ ਅਲੀ ਸ਼ਾ ਦੇ ਉੱਤੇ ਪਾਈ ਸੀ ਆਪਣੇ ਉੱਤੇ ਲਾਈ ਤੇ ਚਾਦਰ ਨੂੰ ਲਪੇਟਣਾ ਸ਼ੁਰੂ ਕੀਤਾ ਹallelujah ਅਲੀ ਸ਼ਾ ਗੌਰ ਦੇ ਨਾਲ ਉਸਤਾਦ ਦੀ ਉਸ ਚਾਦਰ ਵੱਲ ਦੇਖ ਰਿਹਾ ਕਿਹਦੇ ਵੱਲ ਭਲਾ ਹੋ ਸਕਿਆ ਦੇ ਵੱਲ ਉਸਤਾਦ ਲਪੇਟੇ ਕਿੱਦਾਂ ਚੜਾਉਂਦਾ ਹੈ ਹallelujah ਕਿੰਨੇ ਚੜਾਉਂਦਾ ਹੈ ਕਿਉਂ ਉਹਨੇ ਕਿ ਲੈਣਾ ਨਾਲ ਲਪੇਟਿਆ ਤੋਂ ਪਰ ਅਸਲੀ ਸ਼ਾਗਿਰਦ ਦੀ ਇਹ ਪਹਿਚਾਨ ਆ ਉਸਤਾਦ ਨੂੰ ਬੜੀ ਬਰੀਕੀ ਦੇ ਨਾਲ ਦੇਖਦਾ ਹੈ ਇਹ ਕਿਉਂ ਦੇਖ ਰਿਹਾ ਆ ਇਹਨੂੰ ਪਤਾ ਆ ਜੇ ਖੁਦਾ ਨੇ ਉਸ ਪਾਸੇ ਇਹਨੂੰ ਲੈ ਲਿਆ ਤੇ ਮੈਂ ਵਾਪਸ ਵੀ ਹੋਣਾ ਹੈ ਤੇ ਚਾਦਰ ਦੇ ਫਿਰ ਉਹਨੇ ਲਪੇਟੇ ਮੈਨੂੰ ਚਾੜਨੇ ਪਏ ਜਿੰਨੇ ਇਹਨੇ ਚਾੜੇ ਤੇ ਅਲੀ ਸ਼ਾਹ ਨੇ ਚਾਦਰ ਦੇ ਲਪੇਟੇ ਚਾੜ ਕੇ ਜਦ ਪਾਣੀ ਉੱਤੇ ਮਾਰੀ ਤੇ ਪਾਣੀ ਦੋ ਇਸੇ ਹੋ ਗਿਆ ਦੋਨੇ ਨੰਗ ਗਏ ਫਿਰ ਕਹਿੰਦਾ ਤੂੰ ਦੱਸ ਯਾਰ ਮੇਰੇ ਤੂੰ ਖੜੇ ਪਿਆ ਆਂ ਚੌਨਾ ਕੀ ਆਂ ਤੂੰ ਮੈਨੂੰ ਕੱਲਿਆਂ ਛੱਡਦਾ ਕਿਉਂ ਨਹੀਂ ਆਂ ਕਹਿੰਦਾ ਹੁਣ ਜਾਣ ਤੋਂ ਪਹਿਲਾਂ ਮੈਨੂੰ ਪਤਾ ਤੂੰ ਲੈ ਲਿਆ ਜਾਣਾ ਜਾਣ ਤੋਂ ਪਹਿਲਾਂ ਹੁਣ ਇੱਕ ਕੰਮ ਕਰ ਖੁਦਾ ਦੀ ਕੁਦਰਤ ਜਿੱਦਾਂ ਤੈਨੂੰ ਇਸਤੇਮਾਲ ਕਰਦੀ ਤੇਰੇ ਜਾਣ ਤੋਂ ਬਾਅਦ ਦੁੱਗਣੀ ਮਸਾ ਦੇ ਨਾਲ ਮੈਨੂੰ ਇਸਤੇਮਾਲ ਕਰੇ ਯਿਸੂਸੀ ਕਹਿੰਦਾ ਸ਼ਾਗਿਰਦ ਕਦੇ ਵੀ ਉਸਤਾਦ ਤੋਂ ਵੱਡਾ ਹੋ ਸਕਦਾ ਇੰਨਾ ਕਾਫੀ ਆ ਕਿ ਸ਼ਾਗਿਰਦ ਉਸਤਾਦ ਵਰਗਾ ਹੋਵੇ ਕਹਿੰਦਾ ਗੱਲ ਤੂੰ ਔਖੀ ਕਹੀ ਹੈ ਪਰ ਇਹ ਵੀ ਹੋ ਸਕਦੀ ਹੈ ਜੇ ਤੂੰ ਉਸ ਸਮੇਂ ਤੱਕ ਮੇਰੇ ਉੱਤੇ ਅੱਖ ਟਿਕਾਏ ਰੱਖੇ ਜਦੋਂ ਖੁਦਾ ਮੈਨੂੰ ਤੇਰੇ ਤੋਂ ਲੈ ਲਵੇ ਕਹਿੰਦਾ ਇਹ ਵੀ ਕੋਈ ਕੰਮ ਮੁਸ਼ਕਲ ਨਹੀਂ ਆ ਪਰ ਉਹਨੂੰ ਇਹ ਨਹੀਂ ਸੀ ਪਤਾ ਇਹ ਉਸਤਾਦ ਲਿਆ ਕਿੱਦਾ ਜਾਣਾ ਲਿਖਿਆ ਆਕਾਸ਼ ਤੋਂ ਅਗਨੀ ਰਥ ਆਏ ਦੋਨਾਂ ਨੂੰ ਅਲੱਗ-ਅਲੱਗ ਕਰ ਦਿੱਤਾ ਤੇ ਈਲੀਜਾ ਨੂੰ ਵਾਬ ਰੋਲੇ ਦੇ ਵਿੱਚ ਉਹ ਉਠਾ ਕੇ ਲੈ ਗਏ ਆਖਰੀ ਸਮੇਂ ਤੱਕ ਅਲੀ ਸ਼ਾਹ ਦੀ ਨਜ਼ਰ ਆਪਣੇ ਉਸਤਾਦ ਦੇ ਉੱਤੇ ਟਿਕੀ ਰਹੀ ਇੱਕ ਪਾਲੀ ਵੇਦੂਦ ਨਹੀਂ ਉਹਦੇ ਤੋਂ ਫਿਰ ਜਿਹੜੀ ਚਾਦਰ ਡਿੱਗੀ ਉਹ ਚਾਦਰ ਉਸੇ ਅਲੀ ਸ਼ਾਹ ਨੇ ਫਿਰ ਦੁਬਾਰਾ ਚੱਕੀ ਤੇ ਵਾਪਸ ਯਰਦਨ ਦੇ ਉੱਤੇ ਆਇਆ ਜਿੱਦਾਂ ਉਸਤਾਦ ਨੇ ਲਪੇਟੇ ਚਾੜੇ ਸੀ ਉਹਦੇ ਚਾੜ ਕੇ ਤੇ ਯਰਦਨ ਨਦੀ ਦੇ ਉੱਤੇ ਮਾਰ ਕੇ ਪਤਾ ਕੀ ਕਹਿੰਦਾ ਕਹਿੰਦਾ ਦੱਸ ਏਲੀ ਜ਼ਿਆਦਾ ਖੁਦਾ ਕਿੱਥੇ ਆ ਕਿਹਦਾ ਖੁਦਾ ਬਲਾ ਬੋਲੋ ਕਿਹਦਾ ਖੁਦਾ ਹੋਂਦ ਚ ਚਲੇ ਗਿਆ ਏਲੀ ਜਾ ਹੁਣ ਕੱਲ ਹੀ ਗੋਣ ਗੋਦਾ ਹੋਂਦ ਚ ਕੰਮ ਤੇਰਾ ਸ਼ੁਰੂ ਹੋ ਗਿਆ ਪਰ ਅਜੇ ਵੀ ਪਾਣੀ ਨੂੰ ਕੀ ਕਹਿੰਦਾ ਕਹਿੰਦਾ 10 ਏਲੀ ਜਾ ਦਾ ਖੁਦਾ ਕਿੱਥੇ ਪਾਣੀ ਨੇ ਉਸੇ ਤਰ੍ਹਾਂ ਦੋ ਹਿੱਸੇ ਆ ਕੇ ਦੱਸਿਆ ਕਹਿੰਦਾ ਚਿੰਤਾ ਨਾ ਕਰ ਏਲੀ ਜਾ ਦਾ ਖੁਦਾ ਅੱਜ ਵੀ ਇੱਥੇ ਹੈ ਹਾਲੇਲੂਇਆ ਸ਼ਾਗਿਰਦ ਬਣੋ ਕਿਉਂ ਕਿ ਯਿਸੂ ਮਸੀਹ ਨੇ ਕਿਹਾ ਜਿਹੜਾ ਕਲਾਮ ਦੇ ਉੱਤੇ ਖੜਾ ਉਹ ਮੇਰਾ ਸ਼ਾਗਿਰਦ ਹੈ ਤੇ ਸ਼ਾਗਿਰਦਾਂ ਨੂੰ ਜਾਰੇ ਤਰਲੇ ਤੁਲੇ ਪਹੁੰਚ ਦੀ ਜ਼ਰੂਰਤ ਨਹੀਂ ਉਹ ਤੇ ਕਹਿਣਗੇ ਤੇ ਹੋ ਜਾਵੇਗਾ ਹallelujah ਕਹਿਣਗੇ ਤੇ ਹੋ ਜਾਵੇਗਾ ਜਾਦਾ ਸਟੇਜਾਂ ਦੇ ਉੱਤੇ ਉਛਲਣ ਦੀ ਜਰੂਰਤ ਨਹੀਂ ਭੱਜ ਕੇ ਉਧਰ ਨੂੰ ਜਾਓ ਭੱਜ ਕੇ ਇਧਰ ਮੈਂ ਸੋਣਾ ਇਹਨੂੰ ਹੋਇਆ ਕੀ ਆ ਪੁੱਲਪਟ ਤੈਨੂੰ ਦਿੱਤਾ ਅਕਾਲੀ ਆਪਲਾ ਪੁੱਲਪਟੇ ਬਣਿਆ ਕਾ ਦੇ ਲਈ ਆ ਇੱਥੇ ਖੜੇ ਹੋ ਕੇ ਬੜੇ ਅਦਬ ਦੇ ਨਾਲ ਅਸੀਂ ਖੁਦਾ ਦੀ ਬਾਣੀ ਨੂੰ ਪੇਸ਼ ਕਰਨਾ ਤੇ ਅੱਜ ਹੁੰਦਾ ਕੀ ਭੱਜ ਕੇ ਉਧਰ ਨੂੰ ਭੱਜ ਕੇ ਉਧਰ ਨੂੰ ਕਹਿੰਦੇ ਮਸਾ ਬੜਾ ਸੀ ਇਹ ਆਹ ਮਸਾ ਮਮੀ ਪਾ ਜਲੇ ਨਾ ਇਹ ਮਸਾ ਮੂਸਾ ਕੋਈ ਨਹੀਂ ਹੁੰਦਾ ਇਹ ਡਰਾਮੇ ਬਾਜੀ ਹੁੰਦੀ ਹੈ ਤੇ ਅੱਜ ਦੁਨੀਆ ਡਰਾਮੇ ਬਾਜੀ ਨੂੰ ਦੇਖ ਕੇ ਜਿਆਦਾ ਖੁਸ਼ ਹੁੰਦੀ ਉਹਨਾਂ ਦੇ ਇਸੇ ਚੀਜ਼ 'ਚ ਪਤਾ ਬੜਾ ਮਸਾ ਹਥੇ ਜੀ